ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਅੱਜ ਕਾਫੀ ਸਪੈਸ਼ਲ ਅਪੀਲ ਆ। ਤੁਹਾਨੂੰ ਪਤਾ ਇੱਦਾਂ ਦੀਆਂ ਅਪੀਲਾਂ ਅਸੀਂ ਬਹੁਤ ਘੱਟ ਕਰਦੇ ਹਾਂ। 10-15-25 ਸਾਲ ਦੇ ਵਿੱਚ ਬਹੁਤ ਅਪੀਲਾਂ ਘੱਟ ਕੀਤੀਆਂ। ਅੱਜ ਜਿਹੜੀ ਅਪੀਲ ਆ ਸਪੈਸ਼ਲ ਆ, ਖਾਲਸਾ ਏਡ ਇੰਡੀਆ ਦਾ ਜਿਹੜਾ ਖਾਲਸਾ ਏਡ ਦਾ ਬੈਂਕ ਅਕਾਊਂਟ ਆ, ਉਹਦੇ ਵਿੱਚ ਤੁਹਾਡੇ ਦਾਨ ਦੀ ਬਹੁਤ ਲੋੜ ਹੈਗੀ ਆ। ਤੁਹਾਨੂੰ ਪਤਾ ਵੀ ਪੰਜਾਬ 'ਚ ਪ੍ਰੋਜੈਕਟ ਚੱਲਦੇ, ਇੰਡੀਆ 'ਚ ਪ੍ਰੋਜੈਕਟ ਚੱਲਦੇ ਆ, ਜਾਂ ਪੰਜਾਬ 'ਚ ਵੀ ਇਕੱਲੇ 25-30 ਲੱਖ ਮਹੀਨਾ ਲੱਗਦਾ ਸਾਡਾ ਉੱਥੇ। ਸ਼ਹੀਦ ਪਰਿਵਾਰਾਂ ਦਾ ਹੋਵੇ, ਮੈਡੀਕਲ ਹੋਵੇ, ਜਿਹੜੀ ਕਲੀਨਿਕ ਨਵੀਂ ਖੋਲ੍ਹੀ ਆ, ਐਜੂਕੇਸ਼ਨ ਦਾ, ਮੈਡੀਕਲ ਇਲਾਜ ਦਾ, ਇਸ ਵਿੱਚ ਤੁਹਾਡੀ ਲੋੜ ਹੈਗੀ ਆ। ਵੀ ਜੇ ਤੁਸੀਂ ਇੰਡੀਆ ਰਹਿੰਦੇ ਆ, ਤੁਸੀਂ ਇੰਡੀਆ ਰਹਿਣ ਵਾਲੇ ਜਿਹੜੇ ਇੰਡੀਆ ਦੇ ਵਾਸੀ ਆ, ਇਹ ਉਹ ਤੁਸੀਂ ਬੈਂਕ ਅਕਾਊਂਟ 'ਚ ਪੈਸੇ ਪਾ ਸਕਦੇ, ਉੱਥੋਂ ਬਾਹਰੋਂ ਨਹੀਂ ਪਾ ਸਕਦੇ। ਹੁਣ ਜੇ ਕੋਈ ਸਾਡੇ ਭੈਣ ਭਰਾ ਬਾਹਰ ਰਹਿੰਦੇ, ਉਹਦੇ ਰਿਸ਼ਤੇਦਾਰ ਪਿੱਛੇ ਹੈਗੇ ਆ, ਉਹਨਾਂ ਨੂੰ ਤੁਸੀਂ ਬੇਨਤੀ ਕਰੋ ਵੀ ਉੱਥੇ ਜਿੰਨਾ ਕੁਛ ਆਪਣਾ ਹਿੱਸਾ ਪਾ ਸਕਦੇ ਪਾਓ, ਵੀ ਸਾਡੇ ਪ੍ਰੋਜੈਕਟ ਚੱਲੀ ਜਾਣ, ਕਿਉਂਕਿ ਇਸ ਵੇਲੇ ਤੁਹਾਡੀ ਕਾਫੀ ਲੋੜ ਆ। ਜੇ ਫਿਰ ਸਾਰੀ ਬੈਂਕ ਡਿਟੇਲ ਵੀ ਆ ਗਈ ਸਕਰੀਨ 'ਤੇ, QR ਕੋਡ ਵੀ ਆ ਗਈ, QR ਕੋਡ ਤੁਸੀਂ ਸਕੈਨ ਵੀ ਕਰ ਸਕਦੇ ਆ, ਡਾਇਰੈਕਟ ਡੋਨੇਸ਼ਨ ਪਾ ਸਕਦੇ, ਬੈਂਕ ਡਿਟੇਲ ਵੀ ਆ ਗਈ, ਬੈਂਕ ਦੀਆਂ ਡਿਟੇਲ ਦੇਖ ਕੇ ਤੁਸੀਂ ਬੈਂਕ ਤੋਂ ਬੈਂਕ ਟ੍ਰਾਂਸਫਰ ਕਰ ਸਕਦੇ। ਤੁਹਾਡੀ ਇਸ ਵੇਲੇ ਕਾਫੀ ਸਪੋਰਟ ਆ। ਦੇਖੋ ਤੁਹਾਨੂੰ ਜਿੱਦਾਂ ਮੈਂ ਪਹਿਲਾਂ ਕਿਹਾ ਸੰਗਤ ਜੀ, ਅਸੀਂ ਕਦੇ ਇੱਦਾਂ ਅਪੀਲਾਂ ਜਾਰੀਆਂ ਕਰਦੇ ਨੀਗੇ, ਅਤੇ ਉਹ ਕਾਫੀ ਕਿਰਪਾ ਹੈਗੀ ਆ ਵੀ ਚੜ੍ਹਦੀ ਕਲਾ ਪ੍ਰੋਗਰਾਮ ਜਾਈ ਜਾਂਦੇ ਪਏ। ਇਸ ਵੇਲੇ ਤੁਹਾਡੀ ਬਹੁਤ ਲੋੜ ਆ। ਅਸੀਂ ਕਹਿੰਦੇ ਜਿੰਨਾ ਕੁਛ ਤੁਸੀਂ ਆਪਣੇ ਉਹ ਦਿਨੇ ਦਾਨ ਕਰ ਸਕਦੇ ਕਰੋ, ਆਪਣੇ ਪਰਿਵਾਰਾਂ ਨੂੰ ਦੱਸੋ, ਅਤੇ ਇਹ ਜਿਹੜਾ ਵੀਡੀਓ ਇਹ ਜ਼ਰੂਰ ਸ਼ੇਅਰ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।